ਕੀ ਤੁਸੀਂ ਜਾਣਦੇ ਹੋ ਭਾਰਤ ਦੇ ਵਿੱਚ ਫਾਂਸੀ ਦੀ ਸਜ਼ਾ ਕਿਹੜੇ ਜੁਰਮ ਤੇ ਦਿੱਤੀ ਜਾਂਦੀ ਹੈ? ਕੀ ਤੁਸੀਂ ਜਾਣਦੇ ਹੋ ਇਹੋ ਜਿਹਾ ਕਿਹੜਾ ਫਲ ਹੈ ਜੋ ਇੱਕ ਦਿਨ ਵਿੱਚ ਪੱਕ ਜਾਂਦਾ ਹੈ? ਕੀ ਤੁਸੀਂ ਜਾਣਦੇ ਹੋ ਕੁੱਤੇ ਨੂੰ ਕਿਹੜੇ ਦੇਸ਼ ਦਾ ਰਾਸ਼ਟਰ ਪਸ਼ੂ ਕਿਹਾ ਜਾਂਦਾ ਹੈ? ਜੇਕਰ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਅੱਜ ਦੀ ਮੇਰੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ, ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇਹਨਾਂ ਹੀ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ। ਹੈਲੋ ਫਰੈਂਡ, ਮੈਂ ਹਾਂ ਸੁਵੀਰ ਕੌਰ, ਤੁਸੀਂ ਦੇਖ ਰਹੇ ਹੋ ਕੌਮੀ ਸੋਚ ਯੂਟਿਊਬ ਚੈਨਲ। ਅੱਜ ਮੈਂ ਲੈ ਕੇ ਹਾਜ਼ਰ ਹੋਈ ਹਾਂ ਇੰਟਰਸਟਿੰਗ ਜੀਕੇ ਦਾ ਪਾਰਟ ਨੰਬਰ 8, ਜਿਹਦੇ ਵਿੱਚ ਮੈਂ ਤੁਹਾਨੂੰ ਪੁੱਛਾਂਗੀ 5 ਸਵਾਲ। ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਮੈਂ ਤੁਹਾਨੂੰ ਦੇਵਾਂਗੀ 10 ਸੈਕਿੰਡ ਦਾ ਟਾਈਮ, ਤਾਂ ਕਿ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਕਮੈਂਟ ਦੇ ਰਾਹੀਂ ਕਮੈਂਟ ਬਾਕਸ ਦੇ ਵਿੱਚ ਦੇ ਸਕੋ। ਜੇ ਤੁਹਾਨੂੂੰ ਸਾਡਾ ਅੱਜ ਦਾ ਇਹ ਉਪਰਾਲਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਵੀਡੀਓ ਨੂੰ ਸਵਾਲ ਨੰਬਰ 5 ਤੋਂ। ਸਵਾਲ ਨੰਬਰ 5, ਭਾਰਤ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਜਲਦੀ ਤੋਂ ਦਿਓ ਕਮੈਂਟ ਦੇ ਰਾਹੀਂ ਇਸ ਸਵਾਲ ਦਾ ਜਵਾਬ। ਇਸ ਸਵਾਲ ਦਾ ਜਵਾਬ ਹੈ, ਭਾਰਤ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਹੈ। ਸਵਾਲ ਨੰਬਰ 4, ਕਿਹੜੇ ਦੇਸ਼ ਦੇ ਲੋਕ ਸਭ ਤੋਂ ਵੱਧ ਚਾਹ ਪੀਣਾ ਪਸੰਦ ਕਰਦੇ ਹਨ? ਜਵਾਬ ਦੇਖਣ ਤੋਂ ਪਹਿਲਾਂ ਆਪਣਾ ਜਵਾਬ ਕਮੈਂਟ ਜ਼ਰੂਰ ਕਰਨਾ। ਇਸ ਸਵਾਲ ਦਾ ਜਵਾਬ ਹੈ, ਭਾਰਤ ਦੇ ਲੋਕ ਸਭ ਤੋਂ ਵੱਧ ਚਾਹ ਪੀਣਾ ਪਸੰਦ ਕਰਦੇ ਹਨ। ਸਵਾਲ ਨੰਬਰ 3 ਵੱਲ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ, ਜੇਕਰ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਤੁਹਾਡੇ ਲਾਈਕ ਨਾਲ ਹੀ ਸਾਡੇ ਹੌਸਲੇ ਵੱਧਦੇ ਹਨ। ਸੋ ਵੀਡੀਓ ਨੂੰ ਲਾਈਕ ਕਰਦੇ ਚੱਲੋ। ਹੁਣ ਅਸੀਂ ਵੱਧਦੇ ਹਾਂ ਸਵਾਲ ਨੰਬਰ 3 ਵੱਲ। ਸਵਾਲ ਨੰਬਰ 3, ਭਾਰਤ ਦੇ ਵਿੱਚ ਫਾਂਸੀ ਦੀ ਸਜ਼ਾ ਕਿਹੜੇ ਜੁਰਮ ਤੇ ਦਿੱਤੀ ਜਾਂਦੀ ਹੈ? ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ, ਜੋ ਤੁਹਾਨੂੰ 10 ਸੈਕਿੰਡ ਦਿੱਤੇ ਗਏ ਹਨ ਇਹਨਾਂ 10 ਸੈਕਿੰਡ ਦੇ ਵਿੱਚ ਸੋਚ ਕੇ ਦੇਵੋ ਕਮੈਂਟ ਦੇ ਰਾਹੀਂ ਇਸ ਸਵਾਲ ਦਾ ਜਵਾਬ। ਇਸ ਸਵਾਲ ਦਾ ਜਵਾਬ ਹੈ, ਭਾਰਤ ਦੇ ਵਿੱਚ ਫਾਂਸੀ ਦੀ ਸਜ਼ਾ ਦੇਸ਼ ਦਰੋਹੀ ਦੇ ਜੁਰਮ ਵਿੱਚ ਦਿੱਤੀ ਜਾਂਦੀ ਹੈ। ਸਵਾਲ ਨੰਬਰ 2, ਇਹੋ ਜਿਹਾ ਕਿਹੜਾ ਫਲ ਹੈ ਜੋ ਇੱਕ ਦਿਨ ਦੇ ਵਿੱਚ ਪੱਕ ਜਾਂਦਾ ਹੈ? ਜੇਕਰ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ 10 ਸੈਕਿੰਡ ਦੇ ਵਿੱਚ ਸੋਚ ਕੇ ਦੇਵੋ ਕਮੈਂਟ ਦੇ ਰਾਹੀਂ ਇਸ ਸਵਾਲ ਦਾ ਜਵਾਬ। ਜੇ ਤੁਹਾਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਤਾਂ 10 ਸੈਕਿੰਡ ਵੇਟ ਕਰਨਾ, ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ। ਇਸ ਸਵਾਲ ਦਾ ਜਵਾਬ ਹੈ, ਟਮਾਟਰ ਜੋ ਇੱਕ ਦਿਨ ਦੇ ਵਿੱਚ ਪੱਕ ਜਾਂਦਾ ਹੈ। ਸਵਾਲ ਨੰਬਰ 1, ਕੁੱਤੇ ਨੂੰ ਕਿਹੜੇ ਦੇਸ਼ ਦਾ ਰਾਸ਼ਟਰ ਪਸ਼ੂ ਕਿਹਾ ਜਾਂਦਾ ਹੈ? ਸੋਚ ਕੇ ਦੇਵੋ ਕਮੈਂਟ ਦੇ ਰਾਹੀਂ ਇਸ ਸਵਾਲ ਦਾ ਜਵਾਬ। ਇਸ ਸਵਾਲ ਦਾ ਜਵਾਬ ਹੈ, ਕੁੱਤੇ ਨੂੰ ਬਰਮਾ ਦੇਸ਼ ਦਾ ਰਾਸ਼ਟਰ ਪਸ਼ੂ ਕਿਹਾ ਜਾਂਦਾ ਹੈ। ਸੋ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੇ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ, ਤਾਂ ਕਿ ਮੈਂ ਆਪਣੀ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਗਲਤੀ ਨੂੰ ਸੁਧਾਰ ਸਕਾਂ ਅਤੇ ਦੁਬਾਰਾ ਰਿਪੀਟ ਨਾ ਕਰਾਂ। ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਨਾਲ ਲੱਗੀ ਬੈਲ ਲਾਈਕ ਦੀ ਘੰਟੀ 'ਤੇ ਕਲਿੱਕ ਜ਼ਰੂਰ ਕਰ ਦੇਣਾ। ਮੇਰੀ ਪੂਰੀ ਵੀਡੀਓ ਦੇਖਣ ਲਈ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।